ਬੈਣ ਕਰਨਾ ਚਾਹੁੰਦਾ ਹਾਂ।
ਇਹਾ ਟਾਈਮ ਹੈ ਇਹਾ ਵੇਲੇ ਯਜ਼ੀਦ ਇੱਕ ਸਿਪਾਹੀ ਨੂੰ ਸੱਦਿਆ ਆਖਦਾ ਜ਼ਿੰਦਾਨ ਲੱਗਾ ਜਾ ਉਹਦੇ 23 ਸਾਲਾਂ ਦਾ ਬੁੱਢਾ ਪੈ ਗਿਆ ਕਦੀ ਕਿਸੇ 23 ਸਾਲਾਂ ਦੀ ਜ਼ੈਫ ਲੈ ਕੇ ਆਖਦਾ ਉਸ ਨਵਾਸ ਦੇ ਕੋ ਹੱਕ ਮੇਂ ਫਕ ਦਰਬਾਰ ਚ ਆ ਗਿਆ ਹਾਏ ਜ਼ਰੂਰ ਕਰਦਾ ਮੈਂ ਹਰ ਤੇਰੇ ਪਾਸੇ ਚ ਨਹੀਂ ਸਿੱਖ ਮਗਰ ਹੈ ਤੇਰੇ ਪਾਸੇ ਜੇ ਸ਼ਹੀਦਾਂ ਦੇ ਉਜੜਨ ਦਾ ਅਰਮਾਨ ਹੈ ਤੋ ਹਾਏ ਜ਼ਰੂਰ ਕਰਦਾ ਮੈਂ ਬਦੂਰ ਨਹੀਂ ਦੀਆਂ ਤਾਂ ਕਿ ਤੇਰੇ ਮੇਰੇ ਹੱਕ ਚ ਦੁਆ ਕਰਦੇ ਹੋ ਮਾਜੋ ਸਵਾਲ ਤੇ ਕੋ ਹੱਕ ਮੇਂ ਫਕ ਦਰਬਾਰ ਚ ਆ ਗਿਆ ਸਿਪਾਹੀ ਪੂਜਾ ਪੂਜਾ ਜ਼ਿੰਦਾਂ ਦੇ ਦਰਵਾਜ਼ੇ ਤੇ ਆ ਖੜਾ ਹੈ ਜਿਵੇਂ ਜਿਵੇਂ ਪਿਓ ਤੇ ਪੁੱਤਰ ਕੜੀਆਂ ਪਾ ਕੇ ਦਰਵਾਜ਼ੇ ਦੇ ਅੰਦਰੋਂ ਬੈਠੇ ਆ ਇਹ ਸਿਪਾਹੀ ਨੂੰ ਮੈਂ ਹਰ ਦਰਵਾਜ਼ੇ ਤੇ ਰੱਖੇ ਤੇ ਦਰਵਾਜ਼ਾ ਖੁੱਲੇ ਤੇ ਇਮਾਮ ਦੀ ਸਦਮੇ ਕੰਧ ਤੇ ਵੱਜ ਲੱਗੇ ਬਾਕਰ ਦੇ ਬਾਬੇ ਦੀ ਰੱਤ ਵੱਜ ਪਈ ਹੈ ਠੰਡਾ ਸਾਹਿਬ ਹਰ ਗਿਆ ਦੇ ਮੇਰੇ ਨਾਂ ਤੋਂ ਵਾਕਿਫ ਮੈਂ ਮੈਨੂੰ ਕਈ ਵੀ ਕਰਕੇ ਸੱਜਣਾ ਮੇਰੇ ਸੱਜਣ ਦਿਖਾਇਆ ਕਿਉਂ ਆਏ ਸਿਪਾਹੀ ਦਾ ਕਹਿ ਦੀ ਤੇ ਕੋ ਹੱਕ ਮੇਂ ਵਕਤ ਦਰਬਾਰ ਚ ਆ ਗਿਆ ਮਾਲ ਸਲਿਆਤ ਕਰਦੇ ਸਮੇਂ ਸੁਣਨ ਨਵਾਬ ਸਾਲਾ ਫਰਜ਼ੀ ਨੂੰ ਕੜੀ ਤੇ ਕੜੀ ਲੱਗੀ ਨਾ ਆਲਮਾ ਗੈਰ ਮੌਲ ਮਸੈਂ ਬਿਮਾਰ ਬਦਰੀ ਜੀ ਦੀ ਦਾੜੀ ਚੁੰਦੀ ਆ ਦਿਓ ਮੇਰੇ ਮੁੜੇ ਪੂਰ ਦਾ ਮਲਾਹ ਬਚੜਾ ਇਕੱਲੇ ਕਿਨ ਤਿਆਰ ਹੈ ਭੁੱਖੀਆਂ ਮਾਂ ਦਰਬਾਰ ਰਹਿਣਾ ਪੇਸ਼ੀ ਤੇ ਰਹਿਣਾ ਬੀਬੀ ਤੜਪ ਕੇ ਆਦੀ ਸਜਾਦ ਆਧ ਰਾਤ ਨੂੰ ਕਿਨਾਂ ਦੀਆਂ ਪੇਸ਼ੀਆਂ ਹੋਣਗੀਆਂ ਪਿੱਛੀਆਂ ਜੀ ਠੰਡਾ ਸਾਹਿਬ ਹਰ ਕਿਆ ਦਾ ਭੁੱਖੀਆਂ ਮਾਂ ਦੇ ਵਾਰਿਸ ਦੁਆ ਵਾਰਸਾਲੇ ਦੀਆਂ ਪੇਸ਼ੀਆਂ ਅੱਧ ਰਾਤ ਨੂੰ ਨਹੀਂ ਆਉਂਦੀਆਂ ਵੇਖ ਤਾਂ ਸਹੀ ਮੇਰਾ ਕੋਈ ਬਚ ਗਏ ਤੜਪ ਕੇ ਆਦੀ ਸਜਾਦ ਦੇ ਕੋਈ ਇਕੱਲੇ ਦਰਬਾਰ ਨੂੰ ਮੰਨਣ ਦੇ ਸਾਂ ਮੈਂ ਤੇਰੇ ਨਾਲ ਦਰਬਾਰ ਵੇਖੀ ਸੀਧ ਮਿਹਣ ਕਰਕੇ ਤਾਂ ਪੁੱਛਦੀਆਂ ਮਾਂ ਸ਼ਰਾਬੀ ਦਾ ਦਰਬਾਰ ਹੈ ਤੂੰ ਬਤੂਲ ਦੀ ਪਰਦਾਦਾਰ ਥੀ ਹੈ ਮੇਰੀ ਤੜਪ ਕੇ ਆਦੀ ਹੈ ਰੁਵਾ ਨਹੀਂ ਦਰਬਾਰ ਤੇ ਬਾਜ਼ਾਰ ਮੇਰੇ ਮਿੱਠੇ ਹੋਏ ਸਹੀ ਤੜਪ ਕੇ ਆਦੀ ਪੁੱਛਦੀਆਂ ਮਾਂ ਮੈਂ ਇਮਾਮ ਹੋ ਕੇ ਤੁਹਾਡੇ ਨਾਲ ਵਾਅਦਾ ਪੇ ਕਰਦਾ ਤੁਸੀਂ ਇੱਥੇ ਹੀ ਖੜੋ ਮੈਂ ਹੁਣੇ ਵਾਲਾ ਸੀ ਬੀਬੀ ਮਿਹਣ ਕਰਕੇ ਆਦੀ ਸਜਾਦ ਬਚੜਾ ਬਸ ਦਰਬਾਰ ਦੇ ਮਿਹਣੇ ਕਰਕੇ ਕਰਕੇ ਤੂੰ ਇਤਨਾ ਸੁਚੇ ਨਾ ਮੰਨੇ ਜਿਤਨੀ ਦੇਰ ਤੱਕ ਤੂੰ ਵਾਪਸ ਨਵਲ ਸੇ ਭੁੱਖੀ ਦਰਦਾ ਮਾਰੇ ਇੱਥੇ ਹੀ ਖੜੋ ਕੀ ਸਾਰੇ ਸ਼ਾਮਿਲ ਹੋ ਮੈਂ ਤੁਹਾਡੇ ਇੰਤਜ਼ਾਰ ਵਿੱਚ ਹਾਲੋ ਤਾਂ ਤੁਸੀਂ ਸਾਰੇ ਸ਼ਾਮਿਲ ਹੋ ਤੇ ਇੱਕ ਬੈਂਡ ਕਰਨ ਦੇ ਮੈਂਬਰ ਮੁਰਸ਼ਦ ਦੇ ਹਵਾਲੇ ਅਲੀ ਦੀ ਜਾਏਗੇ ਕੋੜੇ ਤਰਾਜ਼ੀਆਂ ਵਿੱਚ ਇਮਾਮ ਦੀ ਰਾਤ ਵਜੀ ਹੋਈ ਇਸ ਕਮੀਨੇ ਦੇ ਦਰਬਾਰ ਵਿੱਚ ਆਏ ਸਹੀ ਤਰਫ ਕਹ ਦੋ ਕਮੀਨਾ ਕਿਉਂ ਬੁਲਾਈ ਦਰਬਾਰ ਇਹ ਲਈ ਮੈਂ ਕਦੇ ਸਜਾਦ ਮੈਂ ਤੁਹਾਡੀਆਂ ਕੈਦਾਂ ਰਿਹਾ ਕਰਦਾ ਤੇ ਮੈਂ ਆਪਣੇ ਬਾਬੇ ਹੁਸੈਨ ਦਾ ਖੂਨ ਮਾਫ ਕਰ ਚੁੱਪ ਕਰਕੇ ਜਿਵੇਂ ਸੁਣੇ ਮਗਰ ਜਿਵੇਂ ਜੀ ਯਜ਼ੀਦ ਦੇ ਗੈਰ ਤੇ ਲੜ ਕੀ ਸੀ ਨਾ ਧਾ ਮਾਰ ਕਰੋ ਨਾ ਮਾਲ ਸਜਾ ਤਰਫ ਕਿਆ ਦਾ ਅੱਲਾ ਦੀ ਲਾ ਨਾ ਕੋਈ ਤੇਰ ਕਹਿ ਆਖੇ ਮੈਂ ਤੇ ਆਪਣੇ ਪਿਓ ਦੇ ਖੂਨ ਦਾ ਹੀ ਕੱਲਾ ਵਾਰਿਸ ਹਾਂ ਬੈਣ ਕਰ ਕਦੋਂ ਕਮੀ ਨਾ ਪਹਿਲਾ ਪਹਿਲਾ ਉਹ ਅੱਲਾ ਵਾਰਿਸ ਹੈ ਜਿਹਦੀ ਤੌਹੀਦ ਬਚਾਈਏ ਸੀ ਦੂਜਾ ਨਾ ਨਾ ਮੁਹੰਮਦ ਵਾਰਿਸ ਹੈ ਜਿਹਦੀ ਨਬੂਵਤ ਬਚਾਈਏ ਸੀ ਤੀਜਾ ਬਾਬਾ ਅਲੀ ਵਾਰਿਸ ਹੈ ਜਿਹਦੀ ਵਿਲਾਇਤ ਬਚਾਈਏ ਨਾ ਤਲੋ ਕਿਆ ਦਾ ਵਤ ਉਹ ਮਾਂ ਵਾਰਿਸ ਹੈ ਜਿਹੜੀ ਚੰਗੀਆਂ ਵੀ ਵੀ ਕਲੇ ਦੀ ਰਹੀਏ ਉਹ ਕਮੀਨਾ ਵਾ ਤੂੰ ਭੈਣ ਵਾਰਿਸ ਹੈ ਜੇ ਫਿਰਾ ਦੀ ਨਸਲ ਦੀ ਖਾਤਰ ਆਪਣੀ ਨਸਲ ਦੀ ਮੁਬਾਰਕ ਕਮੀਨਾ ਮੈਂ ਆਪਣੀ ਫੁੱਫੀ ਕੋਲ ਬੈਠਾ ਜ਼ਖਮੀ ਪੇਸ਼ਾਨੀ ਚਮਕਿਆ ਦੀ ਸਜਾਦ ਕਿਉਂ ਬੁਲਾਇਆ ਹੈ ਦਰਬਾਰ ਸਹੀ ਤਰ੍ਹਾਂ ਕਿਆ ਮੈਨੂੰ ਆਪਣੇ ਬਾਬੇ ਦਾ ਖੂਨ ਮਾਫ਼ ਕਰ ਹੈ ਸਜਾਦ ਸਜਾਦ ਬਚੜਾ ਜਿਹੜਾ ਜਿੱਤ ਜਾਵੇ ਨਾ ਉਹ ਮੁਤਾਲਬੇ ਮਨ ਮੈਂ ਉਸ ਕਮੀਨੇ ਨੂੰ ਆਖ ਮੇਰੀ ਖੁਫੀ ਪਈ ਆਦੀ ਹੈ ਮੇਰੇ ਚੰਦ ਮੁਤਾਲਬੇ ਮਨੇ ਨਾ ਮੈਂ ਤਾਂ ਵਤਨ ਤੇ ਵੈਸਾ ਨਹੀਂ ਮੈਂ ਸ਼ਾਮ ਦੇ ਨਾਲ ਮੇਰਾ ਦਿਲ ਵੀ ਹੋਣਾ ਲੱਗਿਆ ਇਹਨਾਂ ਮਿਹਣ ਕਰਕੇ ਰੋਣਾ ਵੇਖਿਆ ਮੇਰੇ ਪਾਸੇ ਇਮਾਮ ਦੀ ਰੱਤ ਵਧੀਏ ਮਿਹਣ ਕਰਕੇ ਦਾ ਪੁੱਛੀ ਅੰਮਾ ਕਿਹੜੇ ਮੁਤਾਲਬੇ ਰੁੰਨੀ ਅੱਬਾਸ ਦੀ ਸੈਂ
میں کر کے دے سجا جس کمینے نو آکھ لٹ کر بلا دی واپس کرے ہائے ضرور کرے کر بلا دے سودا دے سر واپس کرے بی بی میں کر کے دے سجا رجڑا اس کمینے نو آکھ میرے بھرا دی نہ لین دے وے میرے بھرا دی ابا کما میرے بھرا دا کمر بن میرے بھرا دی منجی سجا رل پوچھیا میں کمینے میرے بھرا دی انگل کیویں کٹی ہوئی اس کریاں تینوں واپس کوئی نہیں کرنی اے کمینہ دے کدا
شبیہ زلجنہ برامد ہوندا ہے، اکبر دے شہادت پڑھی بیٹھا علی اکبر دا تابوت برامد ہوندا ہے،